ਕਿ ਹਰਿਆਣਾ ਦੇ ਨ ਵਿਧਾਨ ਸਭਾ ਦੀ ਜ਼ਮੀਨ ਕਿਉਂ ਦਿੱਤੀ ਜਾ ਰਹੀ ਹੈ 10 ਏਕੜ ਚੰਡੀਗੜ੍ਹ ਦੇ ਅੰਦਰ ਹਾਲਾਂਕਿ ਉਹਨਾਂ ਦਾ ਅਧਿਕਾਰ ਖੇਤਰ ਹੈ ਹੀ ਨਹੀਂ ਪੰਜਾਬ ਦਾ ਸਿੱਧਾ ਹੱਕ ਹੈ ਚੰਡੀਗੜ੍ਹ ਤੇ ਇੱਕ ਹੋਰ ਫੈਸਲਾ ਆ ਗਿਆ ਇੱਥੋਂ ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿੰਦੇ ਜੇਕਰ ਪੰਚਕੁਲਾ ਮੁਹਾਲੀ ਚੰਡੀਗੜ੍ਹ ਤੇ ਲੋਕ ਆਉਂਦੇ ਆਪਣੇ ਸਾਧਨ ਲੈ ਕੇ ਤੇ ਪਰਚੀ ਲੱਗਣੀ ਹੈ ਮੰਨ ਲਓ ਇੱਕ ਪਾਰਕਿੰਗ ਚ 20 ਰੁਪਏ ਇਦੋਂ ਬਾਹਰਲਾ ਕੋਈ ਆ ਗਿਆ ਦੇਸ਼ ਵਿੱਚੋਂ ਦੁਨੀਆ ਚੋਂ ਉਹਨਾਂ ਦੀਆਂ ਗੱਡੀਆਂ 'ਚ ਡਬਲ ਪਰਚੀ ਲੱਗਣੀ ਹੈ ਫੈਸਲਾ ਸੁਣਾ ਦਿੱਤਾ ਗਿਆ ਖਾਸ ਕਰਕੇ ਪੰਜਾਬ ਵਾਲਾ ਤਾਂ ਹੱਕ ਫੇਰ ਮਨਫੀ ਹੋ ਗਿਆ ਵਿੱਚੋਂ ਮੈਨੂੰ ਕਹਿੰਦੇ ਹਿੰਦੁਸਤਾਨ ਦੇ ਵੀ ਇੰਡੀਆ ਦੇ ਵਿੱਚ ਸਭ ਤੋਂ ਪੜਿਆ ਲਿਖਿਆ ਕਿਹੜੀ ਸਿਟੀ ਹੈਗੀ ਹੈ ਚੰਡੀਗੜ੍ਹ ਤੇ ਚੰਡੀਗੜ੍ਹ ਦੀ ਜਿਹੜੀ ਨਗਰ ਨਿਗਮ ਨੇ ਸਭ ਤੋਂ ਜਿਹੜਾ ਬੇਵਕੂਫ ਫੈਸਲਾ ਇਹਨੂੰ ਕਿਹਾ ਜਾਊਗਾ ਜਦੋਂ ਚੰਡੀਗੜ੍ਹ ਦਾ ਇਤਿਹਾਸ ਵਾਰ-ਵਾਰ ਲਿਖਿਆ ਜਾਊਗਾ ਨਾ ਤੇ ਮੰਨਿਆ ਜਾਊਗਾ ਕਿ ਜਿਹੜਾ ਜਿਹੜਾ 25 ਜੁਲਾਈ 2023 ਨੂੰ ਜਿਹੜਾ ਨਗਰ ਨਿਗਮ ਨੇ ਏਜੰਡਾ ਪਾਸ ਕੀਤਾ ਹੈਗਾ ਉਹ ਇੱਕ ਮੁਹੰਮਦ ਤੁਗਲਕ ਦੇ ਪ੍ਰਸ਼ਾਸਨ ਕੀਤਾ ਹੈਗਾ ਜਿਹੜਾ ਪੜਿਆ ਲਿਖਿਆ ਸ਼ਹਿਰ ਤੇ ਅਨਪੜਾ ਨਾਲੋਂ ਵੀ ਮਾੜਾ ਫੈਸਲਾ ਕੀਤਾ ਗਿਆ ਕੀ ਚੰਡੀਗੜ੍ਹ ਕਿਸੇ ਦੇ ਪਿਓ ਦਾ ਵਾ ਚੰਡੀਗੜ੍ਹ ਕਿਸੇ ਭਾਜਪਾ ਦਾ ਚੰਡੀਗੜ੍ਹ ਕਿਸੇ ਕਾਂਗਰਸ ਦਾ ਜਾਂ ਚੰਡੀਗੜ੍ਹ ਦੇ ਮੇਰ ਦਾ ਵਾ ਇਹ ਚੰਡੀਗੜ੍ਹ ਇਹ ਪੰਜਾਬ ਦੇ ਹਿੰਦੁਸਤਾਨ ਦਾ ਇੰਡੀਆ ਦਾ ਇੱਕ ਸ਼ਹਿਰ ਆ ਤੇ ਕੱਲ ਨੂੰ ਦਿੱਲੀ ਕਹੂਗੀ ਕਿ ਦਿੱਲੀ ਜਿਹੜਾ ਜਿਹੜੀ ਗੱਡੀ ਦੇ ਉੱਪਰ ਡੀ ਐਲ ਨੰਬਰ ਲਿਖਿਆ ਉਹ ਉਹਨਾਂ ਵਾਸਤੇ ਫ੍ਰੀ ਆ ਬਾਕੀ ਜਿਹੜਾ ਇੰਡੀਆ ਆਊਗਾ ਉਹਨੂੰ ਪੈਸੇ ਦਬਲ ਡਬਲ ਦੇਣੇ ਪਣਗੇ ਇਹ ਕਿਸੇ ਨਗਰ ਨਿਗਮ ਦੇ ਬਾਪੂ ਦਾ ਰਾਜ ਆ ਅਨਪੜ੍ਹ ਫੈਸਲਾ ਹੈਗਾ ਇਸ ਮਸਲੇ ਤੇ ਮੈਨੂੰ ਲੱਗਦਾ ਕਿ ਚੰਡੀਗੜ੍ਹ ਦੇ ਉਸ ਸਮੇਂ ਜਿੰਨੇ ਵੀ ਕਾਉਂਸਲਰ ਬੈਠੇ ਹੋਗੇ ਨਾ ਉਹਨਾਂ ਦੀਆਂ ਸਾਰੀਆਂ ਡਿਗਰੀਆਂ ਚੈੱਕ ਕਰਕੇ ਜਮ੍ਹਾਂ ਕਰ ਦੇਣੀਆਂ ਚਾਹੀਦੀਆਂ ਜਿਨ੍ਹਾਂ ਨੇ ਐਡਾ ਅਨਪੜ੍ਹ ਫੈਸਲਾ ਲਿਆ ਹੈਗਾ ਚੰਡੀਗੜ੍ਹ ਦੇ ਵਿੱਚ ਕੀ ਹੈ ਪੰਜਾਬ ਤੋਂ ਲੋਕੀ ਪੈਸੇ ਦੇਣ ਇਹ ਦਬਲ ਕਿਉਂ ਦੇਣਗੇ ਹਰਿਆਣੇ ਤੋਂ ਲੋਕ ਆਉਣਗੇ ਡਬਲ ਕਿਉਂ ਦੇਣਗੇ ਹਿਮਾਚਲ ਤੋਂ ਕਿਉਂ ਆਉਣਗੇ ਡਬਲ ਆਉਣਗੇ ਇਹ ਤਾਂ ਟੂਰਜਮ ਨੂੰ ਵਧਾਵਾ ਦੇਣਾ ਚਾਹਤ ਹਨ ਉਹ ਤੇ ਪਾਰਕਿੰਗ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਜਿਸ ਦੇ ਸ਼ਹਿਰ ਦੇ ਵਿੱਚ ਪਾਰਕਿੰਗ ਹੈ ਲੋਕਾਂ ਨੂੰ ਬੰਦ ਕਰਵਾ ਲ ਦੇਣੀਆਂ ਚਾਹੀਦੀਆਂ ਵਿਰੋਧ ਕਰਨਾ ਚਾਹੀਦਾ ਹੈਗਾ ਲੋਕੀ ਗੱਡੀਆਂ ਲੈਂਦੇ ਸੜਕਾਂ ਤੇ ਸਾਨੂੰ ਟੋਲ ਦੇਣੇ ਪੈਂਦੇ ਹੁਣ ਗੱਡੀ ਖੜੀ ਕਰਨ ਵੇ ਸਾਨੂੰ ਪਾਰਕਿੰਗ ਦੇਣੀ ਪੈਂਦੀ ਹੈਗੀ ਇਹ ਸਾਰਾ ਸਾਰਾ ਸਰ ਗਲਤ ਫੈਸਲਾ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਖੜੇ ਹੋਣੇ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਮੇਰੇ ਕੋ ਮੇਰੀ ਗੱਡੀ ਚੰਡੀਗੜ੍ਹ ਦਾ ਨੰਬਰ ਤੁਹਾਡੀ ਗੱਡੀ ਦਾ ਚੰਡੀਗੜ੍ਹ ਨੰਬਰ ਮੈਂ 2 ਘੰਟੇ ਵਾਸਤੇ 15 ਰੁਪਏ ਦਊਗਾ ਤੇ ਮੇਰੇ ਕੋਈ ਰਿਸ਼ਤੇਦਾਰ ਪੰਜਾਬ ਚੋਂ ਆ ਗਿਆ ਜਾਂ ਮੈਂ ਹਰਿਆਣੇ ਚੋਂ ਕੋਈ ਆ ਗਿਆ ਉਹ ਉੱਥੇ 30 ਰੁਪਏ ਦਊਗਾ ਦੱਸੋ ਇਹ 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 ਅਹੀਂ ਇੱਥੇ ਤਾਲੇਬੰਦ ਚ ਬੈਠੇ ਆ ਗਏ ਇਹ ਇੰਡੀਆ ਦਾ ਹਿੱਸਾ ਨਹੀਂ ਹੈਗਾ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਗਵਰਨਰ ਸਾਹਿਬ ਨੂੰ ਚਾਹੀਦਾ ਹੈਗਾ ਕਿ ਤੁਰੰਤ ਇਸ ਫੈਸਲੇ ਨੂੰ ਰੱਦ ਕਰਨ ਔਰ ਨਗਰ ਨਿਗਮ ਚੰਡੀਗੜ੍ਹ ਦੇ ਲੋਕਾਂ ਕੋਲ ਨਾਲ ਦੇ ਨਾਲ ਪੰਜਾਬ ਹਰਿਆਣਾ ਪੂਰੇ ਇੰਡੀਆ ਦੇ ਲੋਕਾਂ ਕੋਲ ਮਾਫੀ ਮੰਗਣ ਐਡਾ ਬੇਬਕੂਫਾ ਫੈਸਲਾ ਮੈਨੂੰ ਲੱਗਦਾ ਦੇਸ਼ ਦਾ ਜਿਹੜਾ ਵੀ ਵੋਟਰ ਹੁੰਦਾ ਬਰਾਬਰ ਮੰਨਿਆ ਜਾਂਦਾ ਹੈ ਕਿ ਦੇਸ਼ ਦਾ ਨਾਗਰਿਕ ਹੈ ਤਾਂ ਦੋ ਤਰ੍ਹਾਂ ਦੇ ਨਾਗਰਿਕ ਬਣਾ ਦਿੱਤੇ ਇਹਨਾਂ ਨੇ ਇੱਕ ਚੰਡੀਗੜ੍ਹ ਦੇ ਚਹੇਤੇ ਨਾਗਰਿਕ ਇੱਕ ਬਗਾਨੇ ਨਾਗਰਿਕ ਨਹੀਂ ਕੱਲ ਨੂੰ ਸਾਰੇ ਸਟੇਟ ਕਰ ਦੇਣਗੇ ਹੂੰ ਮਤਲਬ ਜੇ ਇਸ ਕੱਲ ਨੂੰ ਸਾਰੇ ਸਟੇਟ ਕਰ ਦੇਣਾ ਹਰਿਆਣੇ ਵਾਲੇ ਕਹਿਣਗੇ ਕਿ ਇਦਾਂ ਕਰੋ ਜਿਹੜੇ ਪੰਜਾਬ ਚੰਡੀਗੜ੍ਹ ਤੋਂ ਗੱਡੀਆਂ ਦੇਂਦਾ ਕੋ ਟੋਲ ਟੈਕਸ ਡਬਲ ਹੋ ਜੀ ਇਹਦਾ ਮਤਲਬ ਤੁਸੀਂ ਦੇਸ਼ ਨੂੰ ਤੋੜਦੇ ਹੋ ਦੇਸ਼ ਦੇ ਵਿੱਚ ਵਖਰੇਵਾ ਪਾਉਂਦੇ ਹੈਗੇ ਤੇ ਇਸ ਕਰਕੇ ਇਹਨੂੰ ਅਨਪੜਿਆਂ ਦਾ ਫੈਸਲਾ ਕਹਿ ਸਕਦੇ ਹੈਗੇ ਔਰ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦੋਨਾਂ ਨੂੰ ਭਗਵੰਤ ਮਾਨ ਸਾਹਿਬ ਔਰ ਮਨੂਰ ਲਾਲ ਖੱਟੜ ਸਾਹਿਬ ਦੋਨਾਂ ਨੂੰ ਇਸ ਮਸਲੇ ਦੇ ਵਿੱਚ ਪੰਜਾਬ ਦੇ ਰਾਜਪਾਲ ਕਿਉਂਕਿ ਬਤੌਰ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਹੈ ਜੇ ਐਡਮਿਨਿਸਟਰੇਟਰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਕਿਹ ਤੇ ਨਗਰ ਨਿਗਮ ਨੇ ਡਰਾਮਾ ਕੀਤਾ ਪਖੰਡ ਕਰ ਦਿੱਤਾ ਇਹ ਨਗਰ ਨਿਗਮ ਤੇ ਡਿਸਾਲਵ ਕਰ ਦੇਣੀ ਭੰਗ ਕਰ ਦੇਣੀ ਚਾਹੀਦੀ ਹੈ ਇਹਦੇ ਜਿਹੜੇ ਮੇਅਰ ਆ ਇਹਨਾਂ ਨੂੰ ਤੇ ਰਾਈਟ ਨਹੀਂ ਹੈਗਾ ਜਿੰਨੇ ਵੀ ਕਾਉਂਸਲਰ ਨੇ ਇਹਨਾਂ ਨੂੰ ਰਾਈਟ ਨਹੀਂ ਆਗਾ ਇਹਦਾ ਕੀ ਮਤਲਬ ਕੱਲ ਨੂੰ ਤੁਸੀਂ ਕਿਵੇਂ ਕਹਿ ਸਕਦੇ ਪੰਜਾਬ ਦੀ ਰਾਜਧਾਨੀ ਚੰਡੀਗੜਾ ਹੈ ਹਰਿਆਣੇ ਦੀ ਰਾਜਧਾਨੀ ਚੰਡੀਗੜ ਤੇ ਤੁਸੀਂ ਆਪਣਾ ਇੱਕ ਨਵਾਂ ਡਰਾਮਾ ਸ਼ੋਸ਼ਾ ਕਰ ਦਿੱਤਾ ਇਹਨੂੰ ਕਹਿੰਦੇ ਹੈਗੇ ਕਿ ਅਨਪੜ ਜਾਂ ਹੰਕਾਰ ਔਰ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਤੁਰੰਤ ਦੋਨਾਂ ਸਰਕਾਰਾਂ ਨੂੰ ਪੰਜਾਬ ਨੂੰ ਹਰਿਆਣੇ ਨੂੰ ਔਰ ਦੋਨਾਂ ਸਟੇਟਾਂ ਦੀਆਂ ਪਾਰਟੀਆਂ ਨੂੰ ਉਹਨਾਂ ਨੂੰ ਕੰਮ ਇਹਨਾਂ ਚਾਹੀਦਾ ਕਿ ਤੁਰੰਤ ਇਹ ਫੈਸਲਾ ਕੈਨਸਲ ਕਰਵਣ ਮਲੂ ਆਪਕ ਮੰਨ ਕੇ ਜਿਹੜਾ ਹਰਿਆਣੇ ਦਾ ਕੋਈ ਬੰਦਾ ਉਹਨੇ ਚੰਡੀਗੜਾ ਆਣਾ ਕਿਉਂਕਿ ਹਰਿਆਣਾ ਸਰਕਾਰ ਇੱਥੇ ਬੈਠਦੀ ਆ ਪੰਜਾਬ ਦੇ ਕਿਸੇ ਪਿੰਡ ਚੋਂ ਕਿਸੇ ਨੇ ਆਉਣਾ ਹੈਗਾ ਚੰਡੀਗੜਾ ਹਾਈ ਕੋਰਟ ਇੱਥੇ ਐਜੂਕੇਸ਼ਨ ਬੋਰਡ ਇੱਥੇ ਆ ਕਈ ਦਫਤਰ ਚੰਡੀਗੜਾ ਦੇ ਮਿਨੀ ਸੈਕਟਰੀਟ ਸਾਰੇ ਦਫਤਰ ਇੱਥੇ ਪੁਲਿਸ ਹੈੱਡ ਕੁਆਰਟਰ ਇੱਥੇ ਆ ਤੇ ਉਹ ਕੀ ਆ ਮੇਰੀ ਗੱਡੀ ਇੱਥੇ ਖੜੀ ਹੈਗੀ ਆ ਮੈਂ 15 ਰੁਪਏ ਦੇਣੇ ਨਾਲ ਦੀ ਪੰਜਾਬ ਤੋਂ ਆ ਗਿਆ ਹਰਿਆਣਾ ਉਹ 30 ਰੁਪਏ ਦਊਗਾ ਹੂੰ ਉਹਦਾ ਵੱਡਾ ਬੇਬਕੂਫ ਮੈਨੂੰ ਨਹੀਂ ਲੱਗਦਾ ਕਿ ਨਗਰ ਨਿਗਮ ਐਡੀ ਚੰਡੀਗੜ੍ਹ ਦੀ ਬੇਬਕੂਫ ਹੋ ਸਕਦੀ ਆ ਇੰਨੀ ਪਾਗਲ ਹੋ ਸਕਦੀ ਇੰਨੀ ਅਨਪੜੀ ਹੋ ਸਕਦੀ ਆ ਇਸ ਤੋਂ ਇਹ ਦਰਸਾਉਂਦਾ ਹੈਗਾ ਕਿ ਅਨਪੜਿਆਂ ਦਾ ਸ਼ਹਿਰ ਆ ਪੜਿਆਂ ਲਿਖਿਆਂ ਦਾ ਸ਼ਹਿਰ ਨਹੀਂ ਆ ਚੰਡੀਗੜ੍ਹ ਨੂੰ ਪੜਿਆਂ ਲਿਖਿਆਂ ਦਾ ਸ਼ਹਿਰ ਘੱਟ ਕਹਿੰਦੇ ਨੇ ਪੱਥਰਾਂ ਦਾ ਸ਼ਹਿਰ ਜ਼ਿਆਦਾ ਜਾਣਿਆ ਜਾਂਦਾ ਤੇ ਚੰਡੀਗੜ੍ਹ ਦੀ ਨਗਰ ਨਿਗਮ ਨੇ ਜਿਹੜਾ ਕੱਲ੍ਹ ਬੀਤੇ ਦਿਨ ਫੈਸਲਾ ਲਿਆ ਉਹਨੇ ਸਾਬਤ ਕਰ ਦਿੱਤਾ ਹੈਗਾ ਇੱਥੇ ਲੋਕ ਨਹੀਂ ਵੱਸਦੇ ਇਹ ਪੱਥਰਾਂ ਦਾ ਸ਼ਹਿਰ ਆ ਇਹ ਅਨਪੜਿਆਂ ਦਾ ਸ਼ਹਿਰ ਆ ਕੈਨੂ ਸਿਟੀ ਬਿਊਟੀਫੁਲ ਆ ਕੈਨੂ ਐਜੂਕੇਡਿਡ ਸਿਟੀ ਆ ਲੇਕਿਨ ਇਹਨਾਂ ਦੇ ਅੰਦਰ ਪੱਥਰ ਆ ਇਹ ਪੱਥਰਾਂ ਦਾ ਸ਼ਹਿਰ ਆ ਤੇ ਇਸ ਕਰਕੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਨੂੰ ਪ੍ਰਾਇੋਰਟੀ ਪਹਿਲ ਕਰਨੀ ਚਾਹੀਦੀ ਆ ਹਰਿਆਣਾ ਵਾਲਿਆਂ ਨੂੰ ਦੋਨਾਂ ਨੂੰ ਰਲ ਕੇ ਇਹ ਜਿਹੜੇ ਨਗਰ ਨਿਗਮ ਨੇ ਮਤਾ ਪਾਸ ਕੀਤਾ ਇਹਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾਗਾ ਤੇ ਕੱਲ ਨੂੰ ਤਾਂ ਫਿਰ ਪੰਜਾਬ ਵਾਲੇ ਕਹਿਣਗੇ ਕਿ ਚੰਡੀਗੜ੍ਹ ਦੀ ਜਿਹੜੀ ਗੱਡੀ ਆਊਗੀ ਅਸੀਂ ਨਹੀਂ ਵੜਨ ਦੇਣੇ ਆਗੇ ਜੀ ਡਬਲ ਪੈਸੇ ਦੋ ਇਹ ਤੇ ਬੇਕੁਫਾ ਫੈਸਲਾ ਮੁਹੰਮਦ ਤੁਗਲਕ ਵਾਲਾ ਨਾ ਉਹ ਫੈਸਲਾ ਇਹ ਨਗਰ ਨਗਰ ਕਮ ਨੂੰ ਤੁਰੰਤ ਇਹ ਫੈਸਲਾ ਵਾਪਸ ਲੈਣੇ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਹੈਗਾ ਔਰ ਦੋਨਾਂ ਸਰਕਾਰਾਂ ਨੂੰ ਦੋਨਾਂ ਸੂਬਿਆਂ ਦੀ ਪੋਲੀਟੀਕਲ ਪਾਰਟੀਆਂ ਨੂੰ ਇਹ ਕੀ ਡਰਾਮਾ ਇਹ ਇਹ ਕਿਸੇ ਨਗਰ ਨਗਰ ਕਮ ਦਾ ਸ਼ਹਿਰ ਹੈ ਪੰਜਾਬ ਦੇ ਇੱਥੇ ਅਫਸਰ ਕੰਮ ਕਰਦੇ ਚੰਡੀਗੜ੍ਹ ਦੇ ਅਫਸਰ ਕਰਦੇ ਪੂਰਾ ਪੰਜਾਬ ਹਰਿਆਣਾ ਹਿਮਾਚਲ ਰਹਿੰਦਾ ਹੈਗਾ ਤੇ ਕੋਈ ਰਿਸ਼ਤੇਦਾਰ ਮਿਲਿਆ ਆਊਗਾ ਉਹ ਕਹਿੰਦੇ ਚੱਲ ਮੈਂ ਤੈਨੂੰ ਕਮਾਲ ਲਿਆਉਂਦਾ ਨਹੀਂ ਯਾਰ ਤੂੰ ਇਦਾਂ ਕਰ ਆਪਣੀ ਗੜਗਾਉਂ ਵਾਲੀ ਗੱਡੀ ਇੱਥੇ ਛੱਡ ਦੇ ਮੇਰੀ ਵਾਲੀ ਤੇ ਬੈਠ ਜਾ ਨਹੀਂ ਤੇ ਤੈਨੂੰ 15 ਰੁਪਏ 2 ਘੰਟੇ ਦੇਣੇ ਪੈਣਗੇ ਤੇ ਤੈਨੂੰ 30 ਰੁਪਏ ਦੇਣਗੇ ਦੱਸੋ ਹੱਦ ਹੋ ਗਈ ਆ ਕਹਿੰਦੇ ਦਿੱਲੀ ਵਾਲੇ ਕਹਿਣਗੇ ਹਰਿਆਣੇ ਵਾਲੇ ਕਹਿਣਗੇ ਪਿੰਨਹੀਂ ਜਿਹੜੇ ਜਿਹੜੇ ਦੂਜੇ ਸ਼ਹਿਰ ਤੋਂ ਗੱਡੀਆਂ ਆਉਣਗੀਆਂ ਇਹ ਡਬਲ ਲਾਇਆ ਕਰਨਗੇ ਇਹ ਮੈਨੂੰ ਲੱਗਦਾ ਕਿ ਇਹ ਫੈਸਲਾ ਤੁਰੰਤ ਵਾਪਸ ਲੈਣ ਜਿਹੜੇ ਵੀ ਨਗਰ ਨਿਗਮ ਦੇ ਵਿੱਚ ਜਿਸ ਜਿਹੜਾ ਵੀ ਏਜੰਡਾ ਆ ਜਿਨ੍ਹਾਂ ਨੇ ਉਹ ਪ੍ਰੋੜਤਾ ਕੀਤੀ ਆ ਤਿਆਰ ਕੀਤਾ ਜਿਨ੍ਹਾਂ ਪੇਸ਼ ਕੀਤਾ ਮੈਨੂੰ ਲੱਗਦਾ ਕਿ ਉਹ ਪੱਥਰ ਨੁਮਾਨਸਾਨ ਨੇ ਉਹਨਾਂ 'ਚ ਦਿਲ ਨਹੀਂ ਆਗੇ ਤੇ ਉਹ ਸਰਾ ਸਰ ਗਲਤ ਹੈ ਇਸ ਮਸਲੇ ਨੂੰ ਤੁਰੰਤ ਔਰ ਇਹ ਹਾਈ ਕੋਰਟ 'ਚ ਚਲੇ ਜਾਣਾ ਫੈਸਲਾ ਹਾਈ ਕੋਰਟ ਨੇ ਵਗਾ ਕੇ ਨਗਰ ਨਿਗਮ ਚੰਡੀਗੜ੍ਹ ਦੀ ਬੇਇੱਜ਼ਤੀ ਕਰਨੀ ਰੱਜ ਕੇ ਬੇਇੱਜ਼ਤੀ ਕਰਨਗੇ ਇਹ ਕੀ ਗੱਲ ਹੈ ਔਰ ਜਿੱਦਣ ਕੋਈ ਵੱਡੇ ਅਫਸਰ ਦਾ ਪੰਗਾ ਪਏ ਜਿੱਦਣ ਕੋਈ ਹਾਈ ਕੋਰਟ ਦੇ ਕਿਸੇ ਜੱਜ ਦੇ ਰਿਸ਼ਤੇਦਾਰ ਕੋਲ ਡਬਲ ਪੈਸੇ ਆ ਗਏ ਉਥੇ ਦੇਖੀ ਫਿਰ ਨਗਰ ਨਿਗਮ ਦੇ ਜਿੰਨੇ ਅਧਿਕਾਰੀ ਤੇ ਕਾਉਂਸਲਰ ਉਥੇ ਪੇਸ਼ੀਆਂ ਭੁਗਤ ਭੁਗਤਨ ਜਾਇਆ ਕਰਨਗੇ ਜੀ